ਪੰਜਾਬ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਸ਼ੁਰੂਆਤ ਪਹਿਲੀ ਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਮੂਲ ਮੰਤਰ ਰਾਹੀਂ ਕੀਤੀ। ਇਸ ਮੌਕੇ ਸਕੂਲ ਦੇ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਤੇ ਨਾਮਨਾ ਖੱਟਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇੰਟਰਨੈਸ਼ਨਲ ਜਿਹੜੇ ਪਲੇਅਰਸ ਨੇ ਉਹਨਾਂ ਨੂੰ ਮੈਂ ਸ਼ੁਰੂ ਕਰਦੇ ਹਾਂ ਕਾਰਵਾ ਲੰਬਾ ਚੱਲਣਾ ਹੈ ਕਿਉਂਕਿ ਬੱਚੇ ਬਹੁਤ ਨੇ, ਅਚੀਵਮੈਂਟਸ ਬਹੁਤ ਨੇ। ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਜਿੰਨੀਆਂ ਕਹਾਂਗੇ ਉਨੀਆਂ ਘੱਟ ਨੇ, ਤੇ ਮੈਨੂੰ ਲੱਗਦਾ ਵੀ ਫੰਕਸ਼ਨ ਤਾਂ ਆਪਾਂ ਅੱਧੇ ਦਿਨ ਦਾ ਹੀ ਰੱਖਿਆ, ਜੇ ਆਪਾਂ ਚਾਰ ਦਿਨਾਂ ਦਾ ਰੱਖਦੇ ਤਾਂ ਵੀ ਜਿਹੜੀਆਂ ਅਚੀਵਮੈਂਟ ਨੇ ਉਹ ਘੱਟ ਪੈ ਜਾਂਦੀਆਂ। ਆਈ ਵਿਲ ਸਟਾਰਟ ਵਿਦ ਹਰਜਿੰਦਰ ਸਿੰਘ। ਹਰਜਿੰਦਰ ਸਿੰਘ ਸਬ ਇੰਸਪੈਕਟਰ ਪੰਜਾਬ ਪੁਲਿਸ ਤੋੜੀ ਰੋਡ ਸਾਊਥ ਏਸ਼ੀਅਨ ਗੋਲਡ ਮੈਡਲਿਸਟ ਐਂਡ ਰਿਪ੍ਰੈਜੈਂਟਡ ਦੀ ਇੰਡੀਅਨ ਟੀਮ ਇਨ ਏਸ਼ੀਅਨ ਗੇਮਸ। ਐਂਡ ਆਈ ਵਿਲ ਆਲਸੋ ਰਿਕੁਐਸਟ ਟੂ ਲਤੀਫ ਮੁਹੰਮਦ ਸਰ ਟੂ ਬੀ ਔਨ ਦੀ ਸਟੇਜ ਪਲੀਜ਼। ਲਤੀਫ ਸਰ ਬੀ ਔਨ ਦੀ ਸਟੇਜ, ਕਿਉਂਕਿ ਇਹ ਲਤੀਫ ਸਰ ਦੀ ਮਿਹਨਤ ਸਦਕਾ ਹੀ ਇਹ ਮੰਜ਼ਿਲ ਹਾਸਿਲ ਹੋਈ ਹੈ। ਤਾੜੀਆਂ ਰੁਕਣੀਆਂ ਨੇ ਜਿਹੜੀਆਂ। ਹਰਜਿੰਦਰ ਸਿੰਘ ਸਬ ਇੰਸਪੈਕਟਰ ਪੰਜਾਬ ਪੁਲਿਸ, ਗੋਲਡ ਮੈਡਲ ਸਾਊਥ ਏਸ਼ੀਅਨ ਗੇਮਸ ਐਂਡ ਆਲਸੋ ਰਿਪ੍ਰੈਜੈਂਟਡ ਇੰਡੀਅਨ ਟੀਮ ਇਨ ਏਸ਼ੀਅਨ ਗੇਮਸ। ਨੈਕਸਟ ਇਜ਼ ਮਨਪ੍ਰੀਤ ਕੁਮਾਰ। ਮਨਪ੍ਰੀਤ ਕੁਮਾਰ ਸਿਲਵਰ ਮੈਡਲਿਸਟ ਉਜ਼ਬੇਕਿਸਤਾਨ। ਤਾੜੀਆਂ ਰੁਕਣੀਆਂ ਨੇ ਚਾਹੀਦੀਆਂ ਪਲੀਜ਼। ਸਿਲਵਰ ਮੈਡਲਿਸਟ ਉਜ਼ਬੇਕਿਸਤਾਨ ਮਨਪ੍ਰੀਤ ਕੁਮਾਰ। ਮਨਪ੍ਰੀਤ ਕੁਮਾਰ ਜੀ, ਇਹ ਵੀ ਲਤੀਫ ਸਰ ਦੇ ਸ਼ਾਗਿਰਦ। ਲਤੀਫ ਸਰ ਦੇ ਅਸੀਂ ਬਹੁਤ ਰਿਣੀ ਆ ਕਿ ਉਹਨਾਂ ਨੇ ਇਸ ਤਰ੍ਹਾਂ ਦੇ ਹੀਰੇ ਸਾਨੂੰ ਦਿੱਤੇ ਜੋ ਸਾਡੇ ਦੇਸ਼ ਦਾ ਨਾਮ ਸਿਰਫ ਸਾਡੇ ਦੇਸ਼ ਵਿੱਚ ਨਹੀਂ ਬਲਕਿ ਵਿਦੇਸ਼ਾਂ ਤੱਕ ਪਹੁੰਚਾ ਰਹੇ ਨੇ ਜੀ। ਨੈਕਸਟ ਮੈਂ ਬੁਲਾਉਣਾ ਚਾਹਾਂਗਾ ਜੀ ਪ੍ਰਦੀਪ ਸਿੰਘ ਜੀ ਨੂੰ, ਪੰਜਾਬ ਪੁਲਿਸ। ਪ੍ਰਦੀਪ ਸਿੰਘ, ਪ੍ਰਦੀਪ ਸਿੰਘ ਟਾਇਰ ਇੰਡੀਆ ਇੰਟਰ ਯੂਨੀਵਰਸਿਟੀ ਗੋਲਡ ਮੈਡਲਿਸਟ ਐਂਡ ਫੈਡਰੇਸ਼ਨ ਕੱਪ ਗੋਲਡ ਮੈਡਲਿਸਟ। ਪ੍ਰਦੀਪ ਸਿੰਘ ਜੀ ਨੇ ਇੱਕ ਵਾਰ ਜ਼ੋਰਦਾਰ ਤਾੜੀਆਂ। ਰਮਨਦੀਪ ਸਿੰਘ, ਰਮਨਦੀਪ ਸਿੰਘ ਜੀ ਨੂੰ ਮੈਂ ਸੱਦਾ ਦੇਣਾ ਚਾਹੁੰਦਾ। ਰਮਨਦੀਪ ਸਿੰਘ ਜੀ, ਇਸ ਤੋਂ ਬਾਅਦ ਤਾੜੀਆਂ ਜਿਹੜੀਆਂ ਹੈ ਉਹ ਜ਼ਰੂਰ ਲੱਗਦੀਆਂ ਰਹਿਣ। ਰਮਨਦੀਪ ਸਿੰਘ ਜੀ ਨੇ ਵੀ ਪੰਜਾਬ ਪੁਲਿਸ ਜੁਆਇਨ ਕੀਤੀ ਹੈ ਤੇ ਇਹ ਵੀ ਆਪਣੇ ਖੇਤਰ ਵਿੱਚ ਗੋਲਡ ਮੈਡਲਿਸਟ ਨੇ ਜੀ, ਗੋਲਡ ਮੈਡਲਿਸਟ। ਨੈਕਸਟ ਇਜ਼ ਨਿਸ਼ਾਨ ਸਿੰਘ ਜੀ। ਨਿਸ਼ਾਨ ਸਿੰਘ ਜੀ ਇੰਡੀਅਨ ਆਰਮੀ ਸਕੂਲ ਦੇ ਵਿੱਚ ਇਹਨਾਂ ਨੇ ਗੋਲਡ ਮੈਡਲ ਜਿੱਤਿਆ, ਇੰਡੀਅਨ ਆਰਮੀ ਸਕੂਲ ਦੇ ਵਿੱਚ, ਤੇ ਜੂਨੀਅਰ ਨੈਸ਼ਨਲ ਗੇਮ ਦੇ ਵਿੱਚ ਇਹ ਬ੍ਰਾਂਜ ਮੈਡਲਿਸਟ ਨੇ ਜੀ, ਨਿਸ਼ਾਨ ਸਿੰਘ ਜੀ। ਤੇ ਇਸ ਤੋਂ ਬਾਅਦ ਜਿਵੇਂ ਮੈਂ ਦੱਸਿਆ ਵੀ ਕਾਰਵਾ ਚੱਲਦਾ ਰਹੇਗਾ, ਹਰਮਨ ਵੱਤਾ ਜੀ। ਹਰਮਨ ਵੱਤਾ ਜੀ ਨੂੰ ਮੈਂ ਬੁਲਾਉਣਾ ਚਾਹੁੰਦਾ, ਇਹ ਹਿੰਦੁਸਤਾਨ ਦੇ ਚਮਕਦੇ ਸਿਤਾਰੇ ਨੇ। ਸਿਲਵਰ ਮੈਡਲਿਸਟ ਉਜ਼ਬੇਕਿਸਤਾਨ ਮਨਪ੍ਰੀਤ ਕੁਮਾਰ ਦੀ ਅਸੀਂ ਗੱਲ ਕਰ ਰਹੇ ਹਾਂ। ਤੇ ਆਓ ਤੁਹਾਨੂੰ ਪ੍ਰੋਗਰਾਮ ਦੀਆਂ ਕੁਝ ਝਲਕੀਆਂ ਦਿਖਾਉਂਦੇ ਹਾਂ। ਆਓ ਜੀ ਆਓ।
ਸੋਟੀ ਨਾਲ ਚੱਕ ਲੈ, ਉਹ ਕਦੀ ਕੁੱਤਾ ਬਿੱਲਾ ਮੂੰਹ ਤੇ ਮੂੰਹ ਹੀ ਮਾਰ ਜਾਂਦਾ ਹੈ। ਆਖਿਰ ਨੌਜਵਾਨ ਬੰਦਿਆਂ ਪਿੰਡ ਦੇ ਅਤੇ ਵੱਖ ਵੱਖ ਰਾਜਾਂ ਨੂੰ ਆਈਟਮਾਂ ਰਾਹੀਂ ਦਰਸਾ ਕੇ ਉਹਨਾਂ ਦਾ ਸੱਭਿਆਚਾਰ ਵੀ ਪੇਸ਼ ਕੀਤਾ। ਇਸ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀਮਤੀ ਮਹਾਰਾਣੀ ਪਰਨੀਤ ਕੌਰ ਦੇ OSG ਹਨੀ ਸ਼ੇਖੋ ਤੇ ਹਰਿੰਦਰਪਾਲ ਸਿੰਘ ਹੈਰੀਮਾਨ, ਹਲਕਾ ਇੰਚਾਰਜ ਸਨੌਰ, ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਹਰਿੰਦਰਪਾਲ ਸਿੰਘ ਹੈਰੀਮਾਨ ਅਤੇ OSG ਹਨੀ ਸ਼ੇਖੋ ਨੇ ਸ਼ੂਟਿੰਗ ਰੇਂਜ ਦਾ ਵੀ ਉਦਘਾਟਨ ਕੀਤਾ। ਸਕੂਲ ਦੇ ਡਾਇਰੈਕਟਰ ਭੁਪਿੰਦਰ ਸਿੰਘ ਨੇ ਪਹੁੰਚੇ ਹੋਏ ਮਹਿਮਾਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਦੇਵੀਗੜ੍ਹ ਤੋਂ ਜਸਪ੍ਰੀਤ ਸਿੰਘ ਦੇ ਨਾਲ ਰਜਿੰਦਰ ਸਿੰਘ ਮੋਜੀ ਦੀ ਰਿਪੋਰਟ।